ਅਪਾ ਦੇਖਦੇ ਆ ਕਿ ਉੱਤਪਰ ਦੇ ਵਿੱਚ ਆਪਾਂ ਹੁਣ ਠੰਡ ਵੱਧਦੀ ਜਾ ਰਹੀ ਹੈ ਤੇ ਮੌਸਮ ਦਾ ਵੀ 2 ਦਿਨ ਦਾ ਅਲਰਟ ਜਾਰੀ ਕੀਤਾ ਹੈ ਅਸੀਂ ਮੌਸਮ ਵਿਭਾਗ ਵੱਲੋਂ ਤੇ ਅੱਪਾ ਅੱਜ ਜਾਣਾਂਗੇ ਕਿ ਮੌਸਮ ਜਿਹੜਾ ਹੈਗਾ ਆ ਆਪਾਂ ਕਾਫੀ ਕੁ ਸਾਲਾਂ ਤੋਂ ਦੇਖਦੇ ਆ ਰਹੇ ਸੀ ਕਿ ਜਿਹੜੀ ਸਰਦੀ ਸੀ ਨਵੰਬਰ ਦੇ ਵਿੱਚ ਸਟਾਰਟਿੰਗ ਚ ਪੈ ਜਾਂਦੀ ਸੀ ਹੁਣ ਉਹ ਹੌਲੀ ਹੌਲੀ ਅੱਗੇ ਚੱਲੀ ਗਈ ਹੈ ਦਸੰਬਰ ਦੇ ਪਹਿਲੇ ਹਫਤੇ ਜਾਂ ਕਹਿ ਦਈਏ ਨਵੰਬਰ ਦੇ ਐਂਡ ਤੇ ਕారణ ਕੀ ਇਸ ਵਿੱਚ ਪੋਲੂਸ਼ਨ ਦਾ ਕਾਰਨ ਹੈ ਜਾਂ ਕੋਈ ਹੋਰ ਕਾਰਨ ਹੈਗਾ ਪਈ ਵੀ ਜਾਣਾਂਗੇ ਸਾਡੇ ਨਾਲ ਨੇ ਸੁੰਦਰਪਾਲ ਸਿੰਘ ਜੋ ਮੌਸਮ ਵਿਭਾਗ ਦੇ ਡਾਇਰੈਕਟਰ ਨੇ ਉਹ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਮੌਸਮ ਦੇ ਵਿੱਚ ਚੇਂਜ ਕਿਉਂ ਆ ਰਹੀਆਂ ਨੇ ਹੁਣ ਪਿਛਲੇ ਸਾਲ ਵੀ ਆਪਾਂ ਦੇਖਿਆ ਸੀ ਕਿ ਮਾਰਚ ਵਿੱਚ ਥੋੜੀ ਹਲਕੀ ਸਰਦੀ ਰਹੀ ਸੀ ਤੇ ਇੱਥੇ ਬਾਦਸ਼ ਦਾ ਕੀ ਅੱਗੇ ਜਾ ਕੇ ਹੈ ਵੀ ਤੇ ਤੱਕ ਜਾ ਕੇ ਓਲੇ ਪੈਨੇ ਨੇ ਜਾਂ ਆਪਾਂ ਸਾਰੀ ਜਾਣਕਾਰੀ ਲਵਾਂਗੇ ਤੇ ਇੱਥੇ ਕਿਸਾਨਾਂ ਨੂੰ ਵੀ ਸੁਚੇਤ ਕਰਨ ਦੀ ਲੋੜ ਹੈਗੀ ਆ ਵੀ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤੱਕ ਇਹਨਾਂ ਲਈ ਸਿਸ ਤੋਂ ਬਚਿਆ ਜਾ ਸਕਦਾ ਹੈ ਅ ਸੰਧ ਜੀ ਆਪਾਂ ਦੇਖਦੇ ਹਾਂ ਜਿਸ ਤੱਕ ਇਹਨਾਂ ਲਈ ਅੱਜ ਵੀ ਬਾਦਿਸ਼ਤਾ ਹੈਗਾ ਕੱਲ ਵੀ ਹੈਗਾ ਹੁਣ ਲਗਾਤਾਰ ਕਿੰਨੇ ਸਮੇਂ ਹੋਰ ਬਾਦਿਸ਼ਾਗੇ ਪੈਣ ਦਾ ਆਪਾਂ ਨੂੰ ਮਨ ਲਗਾ ਸਕਦੇ ਹਾਂ ਦੇਖੋ ਇਹ ਤਾਂ ਅੱਜ ਦਾ ਦਿਨ ਖਾਸ ਹੈਗਾ ਕੱਲ ਤੋਂ ਘਟ ਘਟਜੋਗੀ ਬਾਰਿਸ਼ ਜਿਹੜੀ ਕੱਲ ਵੀ ਹੈਗੀ ਹੈ ਲੇਕਿਨ ਇੰਨੀ ਨਹੀਂ ਹੈਗੀ ਹੈ ਉਤਪਾਦ ਫਿਰ ਮੌਸਮ ਠੀਕ ਹੈ ਕੁਝ ਕੁਝ ਦਿਨਾਂ ਤੱਕ ਠੀਕ ਹੈ ਹਫਤਾ ਉਹ ਠੀਕ ਹੈਗਾ ਮੌਸਮ ਫਿਰ ਦਸੰਬਰ ਚ ਫਿਰ ਮੀਂਹ ਆ ਸਕਦਾ ਹੈ ਔਰ ਜਿਹੜਾ ਇਹ ਵਾਲੀ ਜਿਹੜਾ ਮੀਂਹ ਪੈ ਰਿਹਾ ਹੈ ਪੱਛਮੀ ਵਕਸੂ ਕਰਕੇ ਹੈਗਾ ਔਰ ਕੁਝ ਥਾਵਾਂ ਤੇ ਕੋਈ ਹਿਲਸਟਾਰਮ ਹੋਣ ਦੇ ਚਾਂਸਸ ਵੀ ਹੈ ਲੁਧਿਆਣਾ ਜਿਹੜਾ ਉੱਥੇ ਹਿਲਸਟਾਰਮ ਰਿਪੋਰਟ ਹੋਇਆ ਇਹ ਜਿਹੜਾ ਮੀਂਹ ਹੈਗਾ ਇਹ ਚੰਗਾ ਵੀ ਹੈਗਾ ਕਿਉਂਕਿ ਇਹਦੇ ਕਰਕੇ ਪੋਲੂਸ਼ਨ ਲੈਵਲ ਘਟ ਜਾਂਦਾ ਸਾਡਾ ਔਰ ਫਸਲਾਂ ਵਾਸਤੇ ਵੀ ਠੀਕ ਹੈ ਅਗਰ ਕਿਸਾਨਾਂ ਨੇ ਕੁਝ ਫਸਲ ਵਾਰੀ ਜਿਹੜੀ ਉਹਨਾਂ ਨੇ ਸੋਕ ਕਰਨੀ ਹੋਈ ਕਿੜੀ ਕੁਝ ਔਰ ਬੋਾਈ ਕਰਨੀ ਹੋਈ ਸਬਜ਼ੀਆਂ ਉਹਦੇ ਵਾਸਤੇ ਵੀ ਚੰਗਾ ਹੈਗਾ ਲੇਕਿਨ ਅਜੇ ਤੱਕ ਅੱਜ ਔਰ ਕੱਲ ਖਾਸ ਕਰ ਕਿਸਾਨ ਵੀਰ ਜਿਹੜੇ ਹੈਗੇ ਉਹ ਪ੍ਰੀਕਾਸ਼ਨ ਲੈਣ ਕੋਈ ਛਿੜਕਾਅ ਨਾ ਕਰਨ ਕੋਈ ਬੋਾਈ ਨਾ ਕਰਨ ਉਹ ਤਾਂ ਬਾਦੀ ਆਪਣਾ ਖੇਤੀ ਦਾ ਕੰਮ ਕਰਨ ਆ ਤੁਸੀਂ ਕਹਿੰਦੇ ਦਸੰਬਰ ਵਿੱਚ ਜਾ ਕੇ ਬਾਦਿਸ਼ੀਦੂ ਹੋ ਜੇਗੀ ਫਿਰ ਕਿਸਾਨਾਂ ਨੂੰ ਕਿਸ ਤੇ ਕਿੰਨਾ ਸੁਚੇਤ ਰਿਆਂ ਦੀ ਲੋੜ ਹੈਗੀ ਕਿਉਂਕਿ ਫਸਲਾਂ ਉਸ ਤੋਂ ਬਾਅਦ ਹੁਣ ਲੱਗ ਜਾਣਗੀਆਂ ਅੱਗੇ ਜਾ ਕੇ ਫਸਲਾਂ ਦਾ ਵੀ ਉਹਨਾਂ ਨੇ ਕੈਦ ਕਰਨੀ ਹੈ ਦੇਖੋ ਮੈਂ ਤਾਂ ਮੈਂ ਕਿਸਾਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਦੇਖੋ ਹੁਣ ਜਿਹੜਾ ਹੈਗਾ ਇਹ ਬਦਲਾਅ ਅਸੀਂ ਵੇਖਣ ਨੂੰ ਸਾਨੂੰ ਮਿਲ ਰਿਹਾ ਕਲਾਈਮੇਟ ਚੇਂਜ ਕਰਕੇ ਜਿੱਦਾਂ ਸਾਰੇ ਜਾਣਦੇ ਆ ਕਿ ਟੈਂਪਰੇਚਰ ਵਧ ਰਿਹਾ ਜਿਹੜਾ ਪ੍ਰਿਥਵੀ ਦਾ ਟੈਂਪਰੇਚਰ ਵਧ ਰਿਹਾ 1 ਡਿਗਰੀ ਦੇ ਆਸ-ਪਾਸ ਪਿਛਲੇ 100 ਸਾਲਾਂ ਵਿੱਚ ਹੋ ਗਿਆ ਉਹਦੇ ਜਿਹੜੇ ਅਸਰ ਹੈਗੇ ਹੁਣ ਅਸੀਂ ਵੇਖ ਰਹੇ ਆ ਔਰ ਅਸਰ ਉਹਦੇ ਇਹ ਹੈ ਕਿ ਜਿੱਦਾਂ ਇਸ ਵਾਰੀ ਤੁਸੀਂ ਦੇਖਿਆ ਹੋਣਾ ਕਿ ਮੀਂਹ ਦਾ ਜਿਹੜਾ ਟਾਈਮ ਸੀਗਾ ਮੌਨਸੂਨ ਦਾ ਉਹ ਅਕਟੂਬਰ ਚ ਵੀ ਚਲੋ ਚਲਾ ਗਿਆ ਇੰਨਾ ਡਿਲੇ ਹੋ ਗਿਆ ਉਹ ਜਿਹੜਾ ਹੈ ਉਹ ਫਸਲਾਂ ਦੇ ਚੱਕਰ ਤੇ ਬਹੁਤ ਉਹਦਾ ਅਸਰ ਹੁੰਦਾ ਹੈ ਲੇਕਿਨ ਹੁਣ ਅਸੀਂ ਕੁਝ ਕਰ ਨਹੀਂ ਸਕਦੇ ਕਿਉਂਕਿ ਜਿਹੜਾ ਚੇਂजेस ਹੈ ਕਲਾਈਮੇਟ ਚੇਂਜ ਕਰਕੇ ਜਿਹੜਾ ਬਦਲਾਅ ਹੈਗੇ ਬਹੁਤ ਛੇਤੀ ਮੀਂਹ ਪੈਣਾ ਬਹੁਤ ਜਿਆਦਾ ਮੀਂਹ ਪੈਣਾ ਥੋੜੇ ਟਾਈਮ ਤੇ ਇਹ ਬੜਾ ਨਾਰਮਲ ਹੋ ਗਿਆ ਹੈ ਤਾਂ ਕਿਸਾਨ ਵੀਰੋਂ ਜਿਹੜਾ ਸਾਨੂੰ ਸਾਰੇ ਨੂੰ ਸचेत ਰਹਿਣਾ ਪਊਗਾ ਔਰ ਮੌਸਮ ਵਿਭਾਗ ਦੀ ਜਿਹੜੀ ਭੂਖਿਆਣੀ ਹੈਗੀ ਹੈ ਉਹਦੇ ਸਾਹਮਣੇ ਜਿਹੜਾ ਹੈਗਾ ਸਤੇਜ ਸचेत ਹੋ ਕੇ ਜਿਹੜਾ ਆਪਣਾ ਖੇਤੀਕਰਨ ਦਾ ਤੁਸੀਂ ਕਲਾਈਮੇਟ ਦੀ ਗੱਲ ਕੀਤੀ ਹੈ ਵੀ ਕਲਾਈਮੇਟ ਦੇ ਕਾਰਨ ਅੱਗੇ ਮੌਸਮ ਚਲਾ ਗਿਆ ਕਿਸ ਸਿੱਕੇ ਨਾਲ ਯਾਨਕੀ ਡਿਸਰਬਿੰਗ ਹੋ ਰਹੀ ਹੈ ਪੋਲੂਸ਼ਨ ਦੇ ਕਾਰਨ ਹੋਦੀ ਹੈ ਜਾਂ ਆਪਾਂ ਕਹਿ ਦਈਏ ਕਿ ਆਪਾਂ ਜਿਆਦਾ ਆਪਾਂ ਦੇਖਦੇ ਆ ਇਹ ਕੁਆਲਟੀ ਚ ਵੀ ਆਪਾਂ ਦੇਖਦੇ ਆ ਕਿ ਉਸ ਕਮੀ ਆ ਰਹੀ ਹੈ ਕਾਰਨ ਕੀ ਮੰਦੇ ਤੁਸੀਂ ਦੇਖੋ ਪੋਲੂਸ਼ਨ ਦਾ ਇੱਕ ਵੱਡਾ ਕਾਰਨ ਹੈਗਾ ਕਿਉਂਕਿ ਪਲੂਸ਼ਨ ਜਿਹਦਾ ਬਹੁਤ ਖਤਰਨਾਕ ਅਸਰ ਹੁੰਦੀ ਹੈ ਇਹ ਜਿਹੜੀਆਂ ਹੈਗੀਆਂ ਸਿੱਧੀਆਂ ਜੜੀਆਂ ਗਿਆ ਸਨ ਤੋਂ ਜਿਹੜਾ ਸੋਰਸ ਤੋਂ ਟੈਂਪਰੇਚਰ ਜਿਹੜਾ ਜਿਹੜੀ ਰੇਡੀਏਸ਼ਨਾਂ ਦੀ ਉਹਨੂੰ ਅਬਜ਼ਰਬ ਕਰਦੀਆਂ ਤੇ ਟੈਂਪਰੇਚਰ ਵਧਾਉਂਦੀਆਂ ਹੈ ਗ੍ਰੀਨ ਹਾਊਸ ਗੈਸ ਜਿੱਦਾਂ ਹੈਗੀਆਂ ਉਹ ਵਧ ਰਹੀਆਂ ਹੈ ਟਾਈਮ ਟਾਈਮ ਇੰਡਸਟਰੀਜ਼ ਹੈਗੀਆਂ ਐਗਰੀਕਲਚਰ ਪ੍ਰੈਕਟਿਸ ਸਾਡੀਆਂ ਉਹ ਖਰਾਬ ਹੈਗੀਆਂ ਇਹ ਜਿਹੜਾ ਸਾਡਾ ਓਵਰਆਲ ਜਿਹੜਾ ਅਸੀਂ ਜਿਹੜਾ এনਵਾਇਰਨਮੈਂਟ ਨੂੰ ਅਸੀਂ ਪਲੂਟ ਕਰ ਰਹੇ ਹਾਂ ਉਹ ਇੱਕ ਬਹੁਤ ਵੱਡਾ ਕਾਰਨ ਹੈ ਕਲਾਈਮੇਟ ਚੇਂਜ ਦਾ ਕਲਾਈਮੇਟ ਚੇਂਜ ਕਰਕੇ ਜਿਹੜਾ ਅਸੀਂ ਹੁਣ ਵੇਖ ਰਹੇ ਉਹ ਸਾਰੀਆਂ ਚੀਜ਼ਾਂ ਹੋ ਰਹੀਆਂ ਆ। ਆਪਾਂ ਦੇਖਦੇ ਸੀ ਕੁਝ ਸਾਲ ਪਹਿਲਾਂ ਜਿਹੜੀ ਸਾਪੀ ਸੀਗੀ ਸੀ ਨਵੰਬਰ ਦੇ ਵਿੱਚ ਆ ਜਾਂਦੀ ਸੀ। ਹੁਣ ਨਵੰਬਰ ਦੇ ਐਂਡ ਜਾਂ ਦਸੰਬਰ ਦੇ ਸ਼ੁਰੂ ਹੋਣ ਲੱਗੀ ਹੈ ਤੇ ਹੋਲੀ ਲਈ ਮਾਰਚ ਵਿੱਚ ਚੱਲੀ ਗਈ ਕਿ ਸਕੇ। ਕਾਹਨ ਕੀ ਮੰਦੇ ਉੱਥੇ ਵੀ ਇਹ ਮੌਸਮ ਇਹਨਾਂ ਡਲੇ ਕਿਉਂ ਹੋ ਰਿਹਾ? ਆ ਦੇਖੋ ਮੈਂ ਪਹਿਲਾਂ ਕਿਹਾ ਕਿ ਕਲਾਈਮੇਟ ਵੇਰੀਏਬਿਲਟੀ ਜਿਹੜੀ ਜਿਹੜਾ ਬਦਲਾਅ ਹੈਗਾ ਕਲਾਈਮੇਟ ਚੇਂਜ ਕਰਕੇ ਟੈਂਪਰੇਚਰ ਵਧਨ ਕਰਕੇ ਉਹ ਮੁੱਖ ਕਾਰਨ ਹੈਗਾ ਹੋਰ ਵੀ ਵਜ੍ਹਾ ਹੈਗੀਆਂ। لیکن ਮੁੱਖ ਕਰਨ میں اس لیے کہہ رہے ہیں کہ جڑا टेंपरेचर ਵਧਾਨ ਦੇ ਜਿਹੜੇ ਕਾਰਕ ਹੈਗੇ ਜਿਹੜੇ ਫੈਕਟਰਸ ਹੈਗੇ ਉਹ ਖਾਸ ਕਰ ਇੰਡਸਟਰੀਜ਼ ਹੈਗੀਆਂ ਉਹ ਖਾਸ ਕਰ ਵਹिकल्स ਹੈਗੇ ਪੇੜਾਂ ਦਾ ਘਟਣਾ ਹੈਗਾ ਇਹ ਸਾਰੇ ਜਿਹੜੇ ਫੈਕਟਰ ਮਿਲ ਕੇ ਵੱਡਾ ਫੈਕਟਰ ਹੈ ਉਹਦੇ ਵਿੱਚ ਕਲਾਈਮਟ टेंपरेचर ਨੂੰ ਵਧਾਨ ਕਰਕੇ اور ਉਹਦੇ ਕਰਕੇ ਇਹ ਵਿంటర్ ਵੀ ਤੁਸੀਂ ਦੇਖ ਰਹੇ ਕਿ مارچ ਚਲੇ ਜਾਂਦਾ اسی طرح ਨੇ ਮੌਨਸਨ ਅੱਗੇ ਸੀਜ਼ਨਲ ਜਿਹੜੇ ਚੇਂजेस ਹੋ ਰਹੇ ਸ਼ਿਫਟ ਹੋ ਰਹੇ ਉਹ ਮੇਨ ਜਿਹੜਾ ਹੋ ਰਿਹਾ ਇਹਦੇ ਕਰਕੇ ਹੋ ਰਿਹਾ ਕਿ ਕਲਾਈਮੇਟ ਚੇਂਜ ਜਿਹੜਾ ਗਲੋਬਲ ਵਾਰਮਿੰਗ ਕਰਕੇ ਇਹ ਆ ਸਾਨੂੰ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਔਰ ਇਹਦੇ 'ਚ ਹੁਣ ਕੁਛ ਅਸੀਂ ਜ਼ਿਆਦਾ ਕਰ ਨਹੀਂ ਸਕਦੇ ਤੁਸੀਂ ਵੇਖਿਆ ਹੈ ਕਿ ਸ਼ਹਿਰਾਂ 'ਚ ਵੀ ਬਹੁਤ ਜ਼ਿਆਦਾ ਅਰਵਰ ਫਲਡਿੰਗ ਹੋ ਜਾਂਦੀ ਪਾਣੀ ਖੜਾ ਹੋ ਜਾਂਦਾ ਇਸੇ ਤਰ੍ਹਾਂ ਨੇ ਬਹੁਤ ਥੋੜੇ ਟਾਈਮ ਤੇ ਬਹੁਤ ਤੇਜ਼ਮੀ ਪੈ ਜਾਂਦਾ ਇਸ ਲਾਸਟ ਟਾਈਮ ਤੁਸੀਂ ਦੇਖਿਆ ਹਿਮਾਚਲ 'ਚ ਬਹੁਤ ਤੇਜ਼ਮੀ ਵੇ ਪਾਖੜੇ ਦੇ ਪਾਣੀ ਛੜਨਾ ਵੇ ਪੰਜਾਬ 'ਚ ਹਾਲ ਖਰਾਬ ਹੋ ਗਏ ਇਹਨਾਂ ਸਿਚੁਏਸ਼ਨ ਨੂੰ ਸਾਨੂੰ ਹੁਣ ਮੈਨੂੰ ਲੱਗਦਾ ਕਿ ਸਾਨੂੰ ਵਾਚਫੁਲ ਰਹਿਣ ਦੀ ਲੋੜ ਹੋ ਗਈ ਪਹਿਲਾਂ ਇੱਕ ਰਿਦਮੈਟਿਕ ਅਸੀਂ ਵੈਦਰ ਦੇਖਦੇ ਸੀਗੇ ਕਿ ਚਲੋ ਹੁਣ ਸਰਦੀਆਂ ਹੈਗੀਆਂ ਤਾਂ ਇੱਕ ਮੀਂਹ ਚੱਲੂਗਾ ਦੋ ਦਿਨ ਚੱਲੂਗਾ ਤਿੰਨ ਦਿਨ ਮੜਾ ਮੜਾ ਮੀਂਹ ਚੱਲੂਗਾ ਉਹ ਦਿਨ ਹੁਣ ਜਿਹੜਾ ਹੈ ਸਾਡੇ ਨਿਕਲ ਗਏ ਆਪਾਂ ਦੇਖਦੇ ਹਾਂ ਕਿ ਹੁਣ ਹਿਮਾਚਲ ਦੇ ਵਿੱਚ ਵੀ ਲਗਾਤਾਰ ਬਰਸਾਤੀ ਸ਼ੁਰੂ ਹੋ ਗਈ ਹੈ ਇਹ ਵੀ ਹੁਣ ਇੱਕ ਸੀਜ਼ਨ ਤੋਂ ਪਹਿਲਾਂ ਹੀ ਹੋ ਗਈ ਨਹੀਂ ਤਾਂ ਕਾਫੀ ਅੱਗੇ ਜਾ ਕੇ ਹੁੰਦੀ ਸੀ ਕਾਦਨ ਕੀ ਮੰਦੀ ਹੋ ਹਿਮਾਚਲ ਵਿੱਚ ਜੇ ਜ਼ਿਆਦਾ ਠੰਡ ਹੋ ਗਈ ਤੇ ਪੰਜਾਬ ਦੇ ਵਿੱਚ ਵੀ ਠੰਡ ਹੋਏਗੀ ਕਿਉਂਕਿ ਪੰਜਾਬ ਜਿਹੜਾ ਲੱਗਦਾ ਸੂਬਾ ਹਿਮਾਚਲ ਦੇ ਨਾਲ ਕਾਦਨ ਕੀ ਮੰਦੀ ਹੋ ਜੇ ਹਿਮਾਚਲ ਦੇ ਵਿੱਚ ਹੁਣ ਬਰਫਬਾਰੀ ਸੀਜ਼ਨ ਤੋਂ ਪਹਿਲਾਂ ਹੀ ਹੋ ਗਈ ਹੈ ਤਾਂ ਨਹੀਂ ਦੇਖੋ ਟੈਂਪਰੇਚਰ ਤਾਂ ਘਟ ਹੈਗਾ ਉੱਥੇ ਕਿਉਂਕਿ ਇਸ ਵਾਰੀ ਜਿਹੜਾ ਮੀਂਹ ਜਿਹੜਾ ਹੈਗਾ ਉਹ ਅਕਤੂਬਰ 15 ਤੱਕ ਵੀ ਚੱਲਿਆ ਹੈਗਾ ਉਹ ਤੋਂ ਬਹੁਤ ਬਹੁਤ ਟਾਈਮ ਨਹੀਂ ਲੱਗਿਆ ਜਿਹੜਾ ਟੈਂਪਰੇਚਰ ਵੱਧਣ ਨੂੰ ਤੇ ਟੈਂਪਰੇਚਰ ਪਹਿਲਾਂ ਹੀ ਪਹਾੜਾਂ ਦੇ ਜਿਹੜਾ ਹਿਲੀਏਟ ਦੇ ਘਟੇ ਘਟ ਸੀਗੇ ਹੁਣ ਜਿਹੜਾ ਬਰਫਬਾਰੀ ਹੈਗੀ ਉਹ ਟੈਂਪਰੇਚਰ ਨਾਲ ਜੁੜੀ ਹੋ ਉੱਪਰਲੇ ਜਿਹੜੇ ਹਾਈ ਰਿਚ ਜਗ੍ਹਾ ਉੱਥੇ ਟੈਂਪਰੇਚਰ ਘਟੂਗਾ ਤਾਂ ਜਦੋਂ ਇਹ ਮੀਂਹ ਪਣੇ ਲੱਗੂਗਾ ਉਹ ਬਰਫ਼ ਦੇ ਵਿੱਚ ਕਨਵਰਟ ਹੋ ਜਾਂਦਾ ਇਹ ਮੇਨ ਕਾਰਨ ਹੈਗਾ ਇਸ ਸਾਲ ਆਹ ਔਰ ਜਿਹੜਾ ਬਰ ਬਾਰੀ ਚੰਗੀ ਬਰ ਬਾਰੀ ਹੋਈਗੀ ਤਾਂ ਉਹਦਾ ਵੀ ਆਪਣਾ ਇੰਪਲੀਕੇਸ਼ਨ ਹੈਗਾ ਕਿਉਂਕਿ ਉਹ ਫਿਰ ਗਰਮੀਆਂ ਵਿੱਚ ਸਾਨੂੰ ਇੱਥੇ ਪਾਣੀ ਬਣ ਕੇ ਆਂਦਾ ਹੈ ਦਰਿਆ ਵਿੱਚ ਪਾਣੀ ਬਣ ਕੇ ਆਂਦਾ ਹੈ ਉਹ ਫਿਰ ਕਿਸਾਨ ਵੀਰ ਜਿਹੜੇ ਹੈਗੇ ਖੇਤਾਂ ਨੂੰ ਦਿੰਦੇ ਆਂ ਬਿਜਲੀ ਬਿਜਲੀ ਨੂੰ ਅਸੀਂ ਯੂਜ਼ ਕਰਦੇ ਹਾਂ ਉਹਦਾ ਉਦੋਂ-ਉਦੋਂ ਦਾ ਵੀ ਇੱਕ ਆਪਣਾ ਫਾਇਦਾ ਹੈਗਾ ਇੰਪਲੀਕੇਸ਼ਨ ਹੈਗੀਆਂ ਲੇਕਿਨ अर्ਲੀ স্নੋਫਾਲ ਦਾ ਇਹ ਰੀਜਨ ਹੈ ਕਿ ਟੈਂਪਰੇਚਰ ਉਹਦੇ ਕੱਟ ਹੈਗੇ ਇਸ ਟਾਈਮ ਪਿਛਲੇ ਤੋਂ ਬਸ ਸਾਲ 2018 ਦੀ ਜਾਂ 13 ਤੋਂ ਲੈ ਕੇ 18 ਦੀ ਗੱਲ ਕਰੀਏ ਜਿਆਦਾ ਉਸ ਸਮੇਂ ਬਾਦਿਸ਼ ਹੋਈ ਸੀ ਕਿ 2019 ਦੇ ਵਿੱਚ ਮੌਸਮ ਕਿਸ ਤਿੱਕਿਆ ਰਹੇਗਾ ਸੀ ਬਾਦਿਸ਼ ਨੂੰ ਆਪਾਂ ਦੇਖਿਆ ਜਾਈਏ ਤਾਂ 19 ਜਿਹੜਾ ਹੈਗਾ ਬਾਰਿਸ਼ ਠੀਕ ਹੈ 18 ਜਿਆਦਾ ਉਹ ਤੋਂ ਬੈਟਰ ਸੀਗੀ 19 ਇੰਨਾ ਚੰਗਾ ਤਾਂ ਨਹੀਂ ਰਹਾ ਲੇਕਿਨ ਫਿਰ ਵੀ ਟਾਈਮ ਤੇ ਜੁਲਾਈ ਜਿਹੜਾ ਮਹੀਨਾ ਸੀਗਾ ਉਹ ਬੈਟਰ ਰ 18 ਨਾਲੋਂ ਔਰ ਜੁਲਾਈ ਮਹੀਨਾ ਇਦਾਂ ਦਾ ਮਹੀਨਾ ਜਦੋਂ ਪਾਣੀ ਦੀ ਬਹੁਤ ਲੋਡ ਹੁੰਦੀ ਹੈ ਫਸਲਾਂ ਨੂੰ ਖਾਸ ਕਰ ਜਿਹੜਾ ਪੈੱਡੀ ਹੈਗੀ ਹੈ ਧਾਨ ਜਿਹੜੇ ਹੈਗੇ ਉਹਨਾਂ ਨੂੰ ਫਸਲਾਂ ਨੂੰ ਬਹੁਤ ਲੋਡ ਰਹੀ ਉਹ ਇਸ ਵਾਰੀ ਜਿਹੜਾ ਜੁਲਾਈ ਮਹੀਨਾ ਚੰਗਾ ਰਿਹਾ ਫੋਰਚਨਟਲੀ ਹੁਣ ਦਸੰਬਰ ਹੁਣ ਕੁਛ ਦਿਨ ਰਾਗ ਨਹੀਂ ਦਸੰਬਰ ਮਹੀਨਾ ਸ਼ੀਦੂ ਹੋ ਜੈਣਾ ਹੈ ਹੁਣ ਤਾਨ ਲੱਗਦਾ ਵੀ ਸਰਦੀ ਜ਼ਿਆਦਾ ਪਾਊਗੀ ਕਿ ਹਲਕੀ ਹੀ ਸਰਦੀ ਰਹਿਣ ਵਾਲੀ ਇੱਥੇ ਨਹੀਂ ਦੇਖੋ ਸਰਦੀਆਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਐਕਸਟ੍ਰੀਮ ਜਿਹੜੇ ਟੈਂਪਰੇਚਰ ਹੋਣਗੇ ਕਿਉਂਕਿ ਹੁਣ ਅਸੀਂ ਜਿਹੜੇ ਹੈਗੇ ਉਸ ਸਿਚੁਏਸ਼ਨ 'ਚ ਹੈਗੇ ਜਦੋਂ ਕਲਾਈਮੇਟ ਚੇਂਜ ਦਾ ਅਸਰ ਹੈਗਾ ਬਹੁਤ ਐਕਸਟ੍ਰੀਮ ਸਰਦੀ ਕੰਟੀਨਿਊਸ ਨਹੀਂ ਰਹੂਗੀ ਲੇਕਿਨ ਕੁਝ ਦਿਨਾਂ ਤੱਕ ਜਰੂਰ ਦੇਖਣ ਨੂੰ ਮਿਲੂਗੀ ਕਿਉਂਕਿ ਇਹ ਜਿਹੜੇ ਬਦਲਾਅ ਹੈਗੇ ਹੁਣ ਜਿਹੜੇ ਹੈਗੇ ਬੜੇ ਯੂਜ਼ੂਅਲ ਹੈਗੇ ਤਾਂ ਸਰਦੀ ਜਰੂਰ ਹੋਊਗੀ ਓਵਰঅল ਸਰਦੀ ਨਹੀਂ ਕਹ ਸਕਦਾ ਕਿ ਬਹੁਤ ਸਿਵियर ਹੋਊਗੀ ਲੇਕਿਨ ਕੁਝ ਦਿਨ ਜਿਹੜੇ ਹੈਗੇ ਇਦਾਂ ਦੇ ਆਊਗੇ ਜਦੋਂ ਬਹੁਤ ਤੇਜ਼ ਫੌਗ ਫੌਗ ਵੀ ਹੋ ਸਕਦੀ ਹੈ ਵਿਜ਼ਿਬਿਲਟੀ ਦੀ ਬਹੁਤ ਸਮੱਸਿਆ ਹੁੰਦੀ ਹੈ ਪਲੇਨ ਵਿੱਚ ਉਹਦਾ ਸਾਰਾ ਟ੍ਰੈਫਿਕ ਜਮ ਹੋ ਜਾਂਦਾ ਉਹ ਸਿਚੁਏਸ਼ਨ ਅਸਾਨੂੰ ਇਸ ਵਾਰ ਵੀ ਦੇਖਣ ਨੂੰ ਮਿਲਣਗੀ ਇਸਨ ਸਾਡਾ ਸੁਨਦਰ ਪਾਲ ਜੀ ਜਿਨ੍ਹਾਂ ਨੇ ਕਾਫੀ ਡਿਟੇਲ ਵਿੱਚ ਤੁਹਾਨੂੰ ਦੱਸਿਆ ਵੀ ਸਰਦੀ ਦਾ ਜਿਹੜਾ ਮੌਸਮ ਹੈਗਾ ਕਿ ਇਸ ਤੱਕ ਕਿੰਨਾ ਰਹੂਗਾ ਜਾਂ ਸਰਦੀ ਅੱਗੇ ਚਲੀ ਗਈ ਹੈ ਮੌਨਸੂਨ ਵੀ ਜਿਹੜਾ ਹੈਗਾ ਉਹ ਡਿਲੇ ਹੁੰਦਾ ਜ਼ਿਆਦਾ ਹੈ ਤੇ ਇੱਥੇ ਸਾਨੂੰ ਵੀ ਸੁਚੇਤ ਰਹਿਣ ਦੀ ਲੋੜ ਹੈਗੀ ਹੈ ਕਿਉਂਕਿ ਆਪਾਂ ਦੇਖਦੇ ਸੀ ਕਿ ਕੁਝ ਸਾਲਾਂ ਤੋਂ ਜਿਹੜੀ ਸਰਦੀ ਹੈ ਉਹ ਮਿਨਿਮਮ ਹੀ ਰਹੀ ਹੈ ਜਨ ਕਿ ਘੱਟ ਵਿੱਚ ਹੀ ਰਹੀ ਹੈ ਪਰ ਤੁਹਾਨੂੰ ਇੱਥੇ ਬੈਲੈਂਸ ਕਰਕੇ ਸ਼ਾਇਦ ਸਰਦੀ ਪਵੇ ਉਹ ਆਮ ਇੱਥੇ ਕਿਸਾਨਾਂ ਨੂੰ ਵੀ ਸੁਚੇਤ ਹੋ ਜਾਣਾ ਚਾਹੀਦਾ ਜੇ ਤੁਹਾਨੂੰ ਇਹ ਦਾਇ ਦਿੱਤੀ ਗਈ ਹੈ ਮੌਨਸੂਨ ਵਿਭਾਗ ਵੱਲੋਂ ਕਿ ਓਲੇ ਓਲੇ ਪੈ ਸਕਦੇ ਨੇ ਗੜੇ ਪੈ ਸਕਦੇ ਨੇ ਤੇ ਇੱਥੇ ਸੁ ਆਪਦਾ ਉਹ ਪਹਿਲਾਂ ਹੀ ਬੰਦੋਬਸ ਕਰਕੇ ਰੱਖਣ ਵੀ ਫਸਲਾਂ ਨੂੰ ਕੇਸ ਤੇ ਕਨਾਲ ਉਹ ਆਪਣਾ ਬਚਾ ਸਕਦੇ ਨੇ ਮੌਸਮ ਤੋਂ